ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਪਿਆਰੇ ਬੱਚਿਓ ਜਿਹੜੇ ਪੇਪਰ ਚੱਲ ਰਹੇ ਆ ਆਪਣੇ ਪ੍ਰੀ ਬੋਰਡ ਦੇ ਜਿੰਦੇ ਚ ਪਹਿਲੇ ਪੰਜਾਬੀ ਦਾ ਪੇਪਰ ਹੋ ਚੁੱਕਿਆ ਹੈ ਉਹਦੇ ਸੰਬੰਧ ਵਿੱਚ ਵੀ ਆਪਾਂ ਦੋ ਜਿਹੜੇ ਮਾਡਲ ਪੇਪਰ ਅਪਲੋਡ ਕੀਤੇ ਸੀ ਹਿੰਦੀ ਦਾ ਆਇਆ ਉਹਦੇ ਵੀ ਦੋ ਪੇਪਰ ਅਪਲੋਡ ਕੀਤੇ ਸੀ ਕਾਫੀ ਪੇਪਰ ਜਿਹੜਾ ਉਹਦੇ ਵਿੱਚੋਂ ਦੇਖਣ ਨੂੰ ਮਿਲਿਆ ਹੈ ਤੇ ਕੁਝ ਕੈਂਡੀਡੇਟ ਕਹਿੰਦੇ ਵੀ ਉਹਦੇ ਵਿੱਚੋਂ ਪੇਪਰ ਨਹੀਂ ਸੀ ਦੇਖੋ ਸੇਮ ਟੂ ਸੇਮ ਪੇਪਰ ਕਦੇ ਨਹੀਂ ਆਉਂਦਾ ਹੁੰਦਾ ਵਿੱਚੋਂ ਕੁਐਸਚਨ ਮਿਲ ਗਿਆ ਤੇ ਉਹ ਤਾਂ ਮਿਲਣਗੇ ਜੇ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਪੂਰੀ ਵੀਡੀਓ ਨੂੰ ਦੇਖੋ ਜੇ ਵੀਡੀਓ ਸਕਿਪ ਕਰ ਕਰਕੇ ਆਪਾਂ ਛੱਡ ਛੱਡ ਕੇ ਦੇਖਾਂਗੇ ਤਾਂ ਉਹ ਕੁਐਸਚਨ ਤਾਂ ਆਪਾਂ ਦੇਖੇ ਨਹੀਂ ਜਿਹੜੇ ਪੇਪਰ 'ਚ ਆਇਆ ਦੋਨੋਂ ਮਾਡਲ ਟੈਸਟ ਅਗਰ ਪੇਪਰ ਤੁਸੀਂ ਦੇਖਦੇ ਹੋ ਤਾਂ ਕਾਫੀ ਪੇਪਰ ਤੁਹਾਨੂੰ ਉਹਨਾਂ ਮਾਡਲ ਟੈਸਟ ਪੇਪਰ ਦੇ ਵਿੱਚੋਂ ਦੇਖਣ ਨੂੰ ਮਿਲਦਾ ਹੈ ਅੱਜ ਵੀ ਪੇਪਰ ਦੇਖਿਆ ਸੀ ਮੈਂ ਉਹਦੇ 'ਚੋਂ ਆਇਆ ਸੀ ਕਾਫੀ ਪੇਪਰ ਕੱਲ ਵਾਲਾ ਤਾਂ ਮੈਕਸਿਮਮ ਹੀ ਆਇਆ ਸੀ ਹੁਣ ਮੈਂ ਦਾ ਇੱਕ ਜਿਹੜਾ ਪਾਰਟ 1 ਆਪਾਂ ਕਿਹਾ ਲਈ ਸੈਂਪਲ ਪੇਪਰ 1 ਉਹ ਅਪਲੋਡ ਹੈਗਾ ਉਸ ਤੋਂ ਬਾਅਦ ਜਿਹੜਾ ਹੁਣ ਸੈਂਪਲ ਪੇਪਰ 2 ਆਪਾਂ ਕਰਨ ਜਾ ਰਹੇ ਆਂ ਤੇ ਇਸ ਤੋਂ ਇਲਾਵਾ ਮੈਂ ਕੱਲ ਨੂੰ ਜਿਵੇਂ ਕੱਲ ਇੱਕ ਦਿਨ ਵਿੱਚ ਫ੍ਰੀ ਹੈਗਾ ਪੇਪਰ ਹੈਗਾ ਪਰਸੋਂ ਨੂੰ ਇੱਕ ਦਿਨ ਤਿਆਰੀ ਵਾਸਤੇ ਦਿੱਤਾ ਗਿਆ ਤੇ ਇਹਦੇ ਵਿੱਚ ਮੈਥ ਦੇ ਵਿੱਚ ਜਿੰਨੇ ਵੀ ਜਿਹੜੇ ਐਮਸੀਕਿਊ ਹੈਗੇ ਆ ਉਹ ਸਾਰੇ ਦੇ ਸਾਡੇ ਮੈਂ ਸੋਲਵ ਕਰਵਾ ਦੂੰਗਾ ਹਰ ਪੂਰੇ ਚੈਪਟਰ ਦੇ ਪਿੱਛੇ 20-25 ਕੁਐਸਚਨਸ ਹੁੰਦੇ ਆ ਇਸ ਤਰ੍ਹਾਂ ਨੌ ਚੈਪਟਰ ਦੇ ਲਗਭਗ ਜਿਹੜਾ 100 150 ਕੁਐਸਚਨ ਹੋਏਗਾ ਮੈਂ ਸਾਰਾ ਸੋਲਵ ਕਰਵਾ ਦੂੰਗਾ ਉਹਦੇ ਵਿੱਚੋਂ ਹੀ ਟਿੱਕ ਮਾਰਕ ਵਾਲੇ ਕੁਐਸਚਨ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਉਹ ਸਾਰੇ ਤੁਹਾਡੇ 40 ਨੰਬਰ ਪੱਕੇ ਹੋ ਜਾਣਗੇ 20 ਕੁਐਸਚਨ ਜਿਹੜੇ ਮੈਕਸਿਮਮ ਟਿੱਕ ਮਾਰਕ ਵਾਲੇ ਮੈਥ ਦੇ ਵਿੱਚ ਆਉਂਦੇ ਆ ਉਹਦੇ ਵਿੱਚੋਂ ਇੰਪੋਰਟੈਂਟ ਇੰਪੋਰਟੈਂਟ ਵੀ ਮੈਂ ਟਿੱਕ ਕਰਵਾ ਦੂੰਗਾ ਤੇ ਉਹ ਸਾਰੇ ਤੁਸੀਂ ਜਿਹੜੇ ਯਾਦ ਕਰ ਲੈਣੇ ਆ ਤੇ ਉਹ ਜਿਹੜਾ ਮੈਥ ਦੇ ਰਿਲੇਟਡ ਜਿਹੜਾ ਤੁਹਾਨੂੰ ਮੈਂ ਅਪਲੋਡ ਕਰ ਦੂੰਗਾ ਨਾਲ ਇੱਕ ਇੰਗਲਿਸ਼ ਮੀਡੀਅਮ ਦੀ ਗੱਲ ਹੋਈ ਹੈ ਇੰਗਲਿਸ਼ ਮੀਡੀਅਮ ਪੇਪਰ ਵੀ ਜਲਦੀ ਉਹ ਵੀ ਆਪਣੇ ਕੋਲੇ ਜਿਹੜਾ ਸੈਂਪਲ ਤਿਆਰ ਹੈਗਾ ਤੇ ਇਸ ਤੋਂ ਇਲਾਵਾ ਮੈਂ ਜਿਹੜੀ ਮਾਰਨਿੰਗ ਸਲਾਈਡ ਦੀ ਵੀਡੀਓ ਹੁੰਦੀ ਹੈ ਉਹ ਜ਼ਰੂਰ ਦੇਖਿਆ ਕਰੋ ਉਹ ਸਾਰੀ ਦੀ ਸਾਰੀ ਜਿਹੜੀ ਬਹੁਤ ਹੀ ਜਿਵੇਂ ਕਿ ਇਹ ਨੋਲੇਜੇਬਲ ਹੁੰਦੀ ਹੈ ਉਹਦੇ ਚ ਕਦੇ-ਕਦੇ ਮੈਥ ਦੇ ਕੁਐਸਚਨ ਵੀ ਹੁੰਦੇ ਆ ਮੈਥ ਦੇ ਪੇਪਰ ਚ ਵੀ ਕੰਮ ਆਉਂਦੇ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਆਪਣੇ ਚੈਨਲ ਤੇ ਮਿਲਦੀਆਂ ਰਹਿੰਦੀਆਂ ਇਹ ਚੀਜ਼ਾਂ ਟਾਈਮ ਟੂ ਟਾਈਮ ਤੁਹਾਨੂੰ ਕਿੱਦਾਂ ਮਿਲਣਗੀਆਂ ਤੁਸੀਂ ਕੀ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ ਕਾਫੀ ਬੱਚੇ ਆ ਜਿਹੜੇ ਵੀਡੀਓਜ਼ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਅੱਜ ਮੈਂ ਅਜੇ ਤੱਕ ਕਿਸੇ ਵੀਡੀਓ ਚ ਨਹੀਂ ਕਿਹਾ ਪਰ ਮੈਂ ਹੁਣ ਕਹਿ ਰਿਹਾ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦਬਾਓ ਜਿਵੇਂ ਹੀ ਆਪਾਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਏ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਵੀਡੀਓ ਦੇਖ ਲਓ ਨਹੀਂ ਤਾਂ ਫਿਰ ਤੁਹਾਨੂੰ ਦੇਖਣਾ ਪੈਂਦਾ ਚੈਨਲ ਖੋਲ ਕੇ ਫਿਰ ਪਤਾ ਲੱਗਦਾ ਵੀ ਸਰ ਨੇ ਤਾਂ ਵੀਡੀਓ ਅਪਲੋਡ ਕੀਤੀ ਹੋਈ ਹੈ ਫਿਰ ਕਮੈਂਟਾਂ ਚ ਪੁੱਛਦੇ ਆ ਇਸ ਕਰਕੇ ਹਰ ਵੀਡੀਓ ਦਾ ਪਤਾ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਆਪਾਂ ਕਰਦੇ ਆ ਮਾ ਹਾਂਜੀ ਬੱਚੋ ਇਹ ਜਿਹੜਾ ਮੁਲਿਆਂਕਣ ਪੱਤਰ ਹੈਗਾ ਦੋ ਮਾਡਲ ਟੈਸਟ ਪੇਪਰ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾ ਜਿਹੜਾ ਪੋਰਸ਼ਨ ਆ ਵਾਲਾ ਹੈਗਾ ਨਾ ਇੱਕ ਤੋਂ 20 ਪ੍ਰਸ਼ਨ ਦੋ ਦੋ ਅੰਕ ਦੇ ਜਿਹੜਾ 40 ਨੰਬਰ ਦਾ ਪੋਰਸ਼ਨ ਹੈ ਇਹ ਮੈਥ ਦੇ ਵਿੱਚੋਂ ਜਿਹੜੇ ਬਹੁ ਵਿਕਲਪਿਕ ਪ੍ਰਸ਼ਨ ਹੈ ਉਹਦੇ ਵਿੱਚੋਂ ਹੀ ਆਉਂਦਾ ਹੈ ਇਹ ਜਿਹੜਾ 100 150 ਕੁਐਸਚਨ ਹੋਣਾ ਹੈ ਇਹ ਮੈਂ ਵੀਡੀਓ ਪੂਰੀ ਦੀ ਪੂਰੀ ਤਿਆਰ ਕਰਕੇ ਵਿਦ ਅਨਸਰ ਤੁਹਾਨੂੰ ਮੈਂ ਟਿਕਰਾ ਦੇਗਾ 40 ਦੇ 40 ਕੁਐਸਚਨ ਤੁਹਾਨੂੰ ਉਹਦੇ ਵਿੱਚੋਂ ਦੇਖਣ ਨੂੰ ਮਿਲਣਗੇ ਤੇ ਨਾਲੋਂ ਇੰਪੋਰਟਡ ਕੁਐਸਚਨ ਵੀ ਮੈਂ ਨਾਲ ਨਾਲ ਟਿੱਕ ਕਰਵਾ ਦੂੰਗਾ ਜੇ ਕਿਉਂਕਿ ਤੁਹਾਡੇ 70 80 ਕੁਐਸਚਨ ਦੇ ਵਿੱਚੋਂ ਹੀ ਤੁਹਾਨੂੰ ਟਿੱਕ ਹੋ ਜਾਵੇ ਵੀ ਤੁਸੀਂ 40 ਕੁਐਸਚਨ ਜਿਹੜੇ ਤੁਹਾਨੂੰ 20 ਕੁਐਸਚਨ ਜਿਹੜੇ ਤੁਹਾਨੂੰ ਮਿਲ ਜਾਣਗੇ ਤੇ 40 ਨੰਬਰ ਪੱਕੇ ਹੋ ਜਾਣਗੇ ਹੁਣ ਆਪਾਂ ਕਰਦੇ ਹਾਂ ਇਹਨਾਂ ਕੁਐਸਚਨਾਂ ਨੂੰ ਹੁਦਾ ਹੇਠ ਦਿੱਤੇ ਗਿਨਤਾਰੇ ਤੋਂ ਸੰਖਿਆ ਪਹਿਚਾਣੋ ਸੰਖਿਆ ਪਹਿਚਾਣਨੀ ਹੈ ਇਹਦੇ ਵਿੱਚ ਕਿੰਨੀਆਂ 1 2 3 4 5 6 7 7000 500 33 7 ਆ ਕਿੰਨਾ 7 ਆ 0 ਇਹ 5 ਇਹ 3 ਇਹ 3 ਕਾਈ ਦਾਹੀ ਸੈਂਕੜਾ ਹਜ਼ਾਰ 10000 ਕਿੰਨਾ ਹੋ ਗਿਆ 70533 70533 ਤੇ অপਸ਼ਨ ਨੰਬਰ ਸਸਾ ਇਸ ਤੋਂ ਬਾਅਦ 7 5 9 1 ਅਤੇ 3 ਨਾਲ ਬਣ ਵਾਲੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੋਵੇਗੀ ਪਿਆਰੇ ਬੱਚੋ ਇੰਦੇ ਚ ਦੇਖੋ ਵੱਡੀ ਤੋਂ ਵੱਡੀ ਜਦੋਂ ਸੰਖਿਆ ਬਣਾਉਣੀ ਹੋਵੇ ਉਦੋਂ ਸਭ ਤੋਂ ਪਹਿਲੇ ਜਿੰਨਾ ਪੰਜਾਂ ਅੰਕਾਂ ਦੇ ਵਿੱਚੋਂ ਜਿਹੜਾ ਵੱਡਾ ਰੱਖ ਰਿਹਾ ਉਹਨੂੰ ਆਪਾਂ ਪਹਿਲੇ ਲਿਖਾਂਗੇ ਕੀ ਆ ਜਾਏਗਾ 9 ਫਿਰ ਉਸ ਤੋਂ ਛੋਟਾ 7 ਫਿਰ ਉਸ ਤੋਂ ਛੋਟਾ 5 ਉਸ ਤੋਂ ਛੋਟਾ 3 1 97531 97531 ਆਪਸ਼ਨ ਹੂੜਾ ਜਿਹੜਾ ਆਨਸਰ ਤੁਹਾਡਾ ਸਹੀ ਆ ਜਾਏਗਾ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਇੱਕ ਸਕੂਲ ਵਿੱਚ 402 ਲੜਕੇ ਅਤੇ 300 ਨੜੀ ਨਵੇਂ ਲੜਕੀਆਂ ਪੜਦੀਆਂ ਹਨ ਦਸੋ ਸਕੂਲ ਵਿੱਚ ਕਿੰਨੇ ਬੱਚੇ ਪੜਦੇ ਨੇ ਤੇ ਦੋਨਾਂ ਦਾ ਜਿਹੜਾ ਕੀ ਆਪਾਂ ਟੋਟਲ ਕਰਕੇ ਦੇਖਾਂਗੇ 402 ਤੇ 399 402 ਤੇ 399 9 ਦੋ 11 ਇੱਕ ਇੱਕ ਕੈਰੀ ਆ ਗਿਆ 9 1 10 0 ਲੱਗੀ ਇੱਕ ਕੈਰੀ ਆ ਗਿਆ 7 1 8 ਕਿੰਨਾ ਹੋ ਗਿਆ 801 ਕਿਤੇ 801 ਕਿੱਥੇ ਹੈ 600 ਆਪਸ਼ਨ ਸਾਰੇ ਕੁਸ਼ਨ ਵੀਡੀਓ ਨੂੰ ਸਕਿਪ ਨਾ ਕਰੋ ਧਿਆਨ ਨਾਲ ਦੇਖਦੇ ਜਾਓ ਤਾਂ ਕਿ ਤੁਹਾਨੂੰ ਕੁਸ਼ਨ ਮਿਲਣਗੇ ਪੇਪਰ 'ਚ ਜੇ ਸਕਿਪ ਕਰ ਕਰਕੇ ਦੇਖੋਗੇ ਤਾਂ ਕਈ ਕੁਸ਼ਨ ਤੁਸੀਂ ਸਕਿਪ ਕਰ ਜਿਓਗੇ ਉਹੀ ਤੁਹਾਡੇ ਪੇਪਰ 'ਚ ਆ ਜਾਊਗਾ ਇਸ ਕਰਕੇ ਸਾਰੀ ਵੀਡੀਓ ਧਿਆਨ ਨਾਲ ਦੇਖੋ ਇਸ ਤੋਂ ਅੱਗੇ 4 ਨੰਬਰ ਹੁੰਦਾ ਹੈ 776 ਨੂੰ 0 ਦੇ ਨਾਲ ਗੁਣਾ ਕਰੀ ਆਪਾਂ ਤੁਹਾਨੂੰ ਸਿਖਾਇਆ ਹੋਇਆ ਬੱਚੋ ਜੇ ਕਿਸੇ ਵੀ ਸੰਖਿਆ ਨੂੰ ਆਪਾਂ 0 ਦੇ ਨਾਲ ਸੰਖਿਆ ਗੁਣਾ ਕਰਾਂਗੇ ਤੇ ਉਹ ਸੰਖਿਆ 0 ਬਣ ਜਾਏਗੀ ਐਡਾ ਕੁਸ਼ਨ ਜਿਹੜਾ ਇਹਦਾ ਆਨਸਰ ਆ ਜਾਊਗਾ 5 ਨੰਬਰ ਉਹਦਾ ਕਿਹੜੀ ਸੰਖਿਆ ਨਾ ਭਾਜ ਹੈ ਤੇ ਨਾ ਹੀ ਅਪਾਜ ਜਿਹੜੀ ਦੋ ਸੰਖਿਆ ਹੈ ਬੇਟਾ ਉਹ ਨਾ ਤਾਂ ਭਾਜ ਹੈ ਤੇ ਨਾ ਹੀ ਉਹ ਅਪਾਜ ਸੰਖਿਆ ਹੈ ਅੱਗੇ ਹੇਠ ਦਿੱਤੇ ਅਪਾਜ ਗੁਣਖੰਡ ਅਨੁਸਾਰ 45 90 ਤੇ 105 ਦਾ ਮਮਾ ਸਸਾ ਦੱਸੋ ਤਾਂ ਪਿਆਰੇ ਬੱਚੋ ਮम्मा ਸੱਸ ਆਪਾਂ ਕਿਵੇਂ ਕਰਦੇ ਹਾਂ ਜਿਹੜੇ ਗੁਣਖੰਡ ਬਣੇ ਹੁੰਦੇ ਆ ਇਹਨਾਂ ਚੋਂ ਉਹ ਗੁਣਖੰਡ ਆਪਾਂ ਲਈ ਜਾਣੇ ਆ ਜਿਹੜੇ ਤਿੰਨਾਂ ਦੇ ਵਿੱਚ ਹੈਗੇ ਆ ਹੁਣ ਪਹਿਲਾ ਤਿੰਨ ਤੁਸੀਂ ਦੇਖੋ ਇੱਥੇ ਤਿੰਨ ਹੈ ਇੱਥੇ ਦੋ ਹੈ ਇੱਥੇ ਤਿੰਨ ਹੈ ਤੇ ਇਹਨਾਂ ਵਿੱਚ ਆਪਣਾ ਜਿਹੜਾ ਕਾਮਨ ਤਿੰਨ ਦੇਖੋ ਇਹਦੇ ਚ ਵੀ ਹੈਗਾ ਇਹਦੇ ਚ ਵੀ ਹੈਗਾ ਤੇ ਇਹਦੇ ਚ ਵੀ ਦੋਮਾ ਚ ਤਿੰਨ ਹੈਗਾ ਪਹਿਲੇ ਆਪਾਂ ਲਿਖ ਲਾਂਗੇ ਤਿੰਨ ਗੁਣਾ ਹੁਣ ਦੂਸਰਾ ਤਿੰਨ ਇਹਦੇ ਚ ਹੈਗਾ ਇਹਦੇ ਚ ਵੀ ਹੈਗਾ ਪਰ ਇਹਦੇ ਵਿੱਚ ਕੋਈ ਦੂਸਰਾ ਤਿੰਨ ਨਹੀਂ ਹੈ ਇਹਦਾ ਮਤਲਬ ਆਪਾਂ ਇਹਨੂੰ ਨਹੀਂ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ 5 ਹੈਗਾ ਇਹਦੇ ਵਿੱਚ 5 ਹੈਗਾ ਤੇ ਇਹਦੇ ਵਿੱਚ ਵੀ 5 ਹੈਗਾ ਇਹਦਾ ਮਤਲਬ ਇੱਕ ਆਪਾਂ ਲੈ ਲਾਂਗੇ 5 ਉਸ ਤੋਂ ਬਾਅਦ ਦੇਖੋ 7 ਇਹਦੇ 'ਚ ਹੈਗਾ ਪਰ ਦੂਜਾਂ 'ਚ ਨਹੀਂ ਹੈਗਾ 2 ਇਹਦੇ 'ਚ ਹੈਗਾ ਪਰ ਦੂਜਾਂ 'ਚ ਨਹੀਂ ਹੈਗਾ ਤੇ ਹਾਈਐਸਟ ਕਾਮਨ ਫੈਕਟਰ ਹੁੰਦਾ ਹੈ ਤੇ ਹਾਈਐਸਟ ਕਾਮਨ ਫੈਕਟਰ ਦਾ ਮਤਲਬ ਹੈ ਜਿਹੜਾ ਤਿੰਨਾਂ ਦੇ ਵਿੱਚ ਮੌਜੂਦ ਹੈ ਉਹੀ-ਉਹੀ ਆਪਾਂ ਲੈਣਾ ਤੇ ਇਹ ਦੋਵੇਂ ਤਿੰਨਾਂ ਦੇ ਵਿੱਚ ਮੌਜੂਦ ਹੈ ਤੇ ਇਹਨਾਂ ਨੂੰ ਆਪਸ ਵਿੱਚ ਗੁਣਾ ਕਰ ਲੈਣਾ ਹੈ 5 3 15 ਐਚसीएफ ਆਪਣਾ ਕੀ ਆ ਜਾਏਗਾ ਆਪਾਂ ਗੁਣਨੂ ਹੁੰਦਾ ਅਨੁਸਾਰ ਇਹਨਾਂ ਤਿੰਨਾਂ ਦਾ ਉਹ ਆ ਜਾਏਗਾ 15 অপশন ਸਸ ਉਸ ਤੋਂ ਅੱਗੇ ਹੇਠ ਦਿੱਤੇ ਚਿੱਤਰ ਵਿੱਚ ਰੰਗਦਾਰ ਭਾਗ ਦੀ ਪਿੰਨ ਕਿਹੜੀ ਹੈ ਤੇ ਆਪਾਂ ਪਿੰਨਾ ਬਣਾਣੀਆਂ ਦੱਸੀਆਂ ਬੇਟਾ ਜਿਹਦੇ ਚ ਪਹਿਲੇ ਕੀ ਕਰਨਾ ਤੁਸੀਂ ਸਾਰੀਆਂ ਸਾਰੇ ਡੱਬੇ ਗਿਣ ਲੈਣੇ ਸਾਰੇ ਡੱਬੇ ਕਿੰਨੇ ਆ 1 2 3 ਤੇ 4 4 ਥੱਲੇ ਲਿਖਾਂਗੇ ਜਿਹੜੇ ਰੰਗੇ ਹੋਏ ਆ ਉਹਨਾਂ ਰੰਗ ਵਾਲੇ ਪੁੱਛਿਆ ਤਾਂ 1 2 3 ਉੱਪਰ ਲਿਖ ਦੇਾਂਗੇ ਜੇ ਬਿਨਾਂ ਰੰਗ ਵਾਲੇ ਪੁੱਛਣਗੇ ਤਾਂ 1 ਉੱਪਰ ਆ ਜਾਏਗਾ ਤੇ 4 ਥੱਲੇ ਥੱਲੇ ਆਪਾਂ ਲਿਖਦੇ ਆ ਟੋਟਲ ਡੱਬੇ ਉੱਪਰ ਉਹ ਡੱਬੇ ਲਿਖਦੇ ਆ ਜਿਹੜੇ ਪੁੱਛੇ ਆ ਤੇ ਇਹਦਾ ਮਤਲਬ ਹੁਣ ਆਪਣੀ ਭਿੰਨ ਕਿਹੜੀ ਆ 3/4 ਉਸ ਤੋਂ ਅੱਗੇ ਬਿਨਾ ਰੰਗਿਆ ਹੋਇਆ ਭਾਗ ਆਕ੍ਰਿਤੀ ਦਾ ਕਿੰਨਾ ਹਿੱਸਾ ਹੈ ਤੇ ਹੁਣ ਦੇਖੋ ਬੱਚਾ ਆਪਾਂ ਇਹਦੇ ਵਿੱਚ ਦੇਖਾਂਗੇ ਆਕ੍ਰਿਤੀ ਦਾ ਜਿਹੜਾ ਕਿੰਨਾ ਹਿੱਸਾ ਹੈ ਇੱਕ ਹਿੱਸਾ ਆਏ 2 ਤੇ 1 ਆ 3 ਹੋ ਗਿਆ ਤੇ ਇਹਦੇ ਵਿੱਚ ਕੀ ਪੁੱਛਿਆ ਬਿਨਾ ਰੰਗਿਆ ਹੋਇਆ ਭਾਗ ਬਿਨਾ ਰੰਗਿਆ ਹੋਇਆ ਭਾਗ ਉੱਤੇ 2 ਹੈ alle kinneya 1 2 3 te 2/3 ਜਿਹੜਾ ਇਹਦਾ ਆਨਸਰ ਆ ਜਾਏਗਾ ਬਿਨਾਂ ਰੰਗਿਆ ਹੋਇਆ ਭਾਗ ਪੁੱਛਿਆ ਉਹਨਾਂ ਨੇ ਉਸ ਤੋਂ ਅੱਗੇ ਆਪਾਂ ਕਰਾਂਗੇ 9 ਨੰਬਰ ਕੁਸਚਨ 9 ਨੰਬਰ ਕੀ ਹੈ 100 10 50 ਪੈਸੇ ਦੀ ਗੱਲ ਕੀਤੀ ਹੈ ਮਤਲਬ 1 ਰੁਪਏ ਤੋਂ ਅੱਧੇ ਦੀ ਗੱਲ ਕੀਤੀ ਹੈ ਹੁਣ 110 ਰੁਪਏ 0.50 ਜਿਹੜਾ ਅਨਸਰ ਆ ਜਾਏਗਾ ਆਪਸ਼ਨ ਹੈ ਈਡੀ 110.50 ਠੀਕ ਹੈ ਇਸ ਤੋਂ ਅਗੇ 20 ਰੁਪਏ ਦੇ 7 ਨੋਟਾਂ ਦਾ ਮੁੱਲ ਕਿੰਨਾ ਹੋਵੇਗਾ ਤੇ ਜਦੋਂ ਇਦਾਂ ਦਾ ਕੁਸ਼ਣ ਆ ਜਾਵੇ ਉਦੋਂ ਆਪਾਂ 20 ਨੂੰ ਕੀ ਕਰਨਾ ਹੈ 7 ਦੇ ਨਾਲ ਗੁਣਾ ਕਰਾਂਗੇ ਪਹਿਲੇ 7 ਦਾ ਪੜਾ 0 ਤੱਕ ਪੜਾਂਗੇ 0 ਫਿਰ 7 ਦਾ ਪੜਾ 2 ਤੱਕ ਪੜਾਂਗੇ 7 2 14 ਕਿੰਨਾ ਆ ਗਿਆ 140 ਰੁਪਏ ਉਸ ਤੋਂ ਅਗੇ ਕਿਹੜੀ ਤਸਵੀਰ ਵਿੱਚ ਵਸਤੂ ਦੀ ਲੰਬਾਈ 8.5 ਸੈਂਟੀਮੀਟਰ ਹੈ ਇਹਦੇ ਵਿੱਚ ਦੇਖੋ ਇਹਦੇ ਵਿੱਚ ਵਸਤੂ ਦੀ ਲੰਬਾਈ ਕੀ ਹੈ 6 ਸੈਂਟੀਮੀਟਰ ਇਹਦੇ ਵਿੱਚ ਚਾਰ ਹੈ ਇਹਦੇ ਵਿੱਚ ਕੀ ਹੈ ਆ ਦੇਖੋ 0 ਤੋਂ ਸ਼ੁਰੂ ਹੋ ਕੇ 8.5 ਤੱਕ ਜਿਹੜੀ ਚਲੀ ਗਈ ਹੈ ਇਹ 11 ਤੇ ਆਪਸ਼ਨ ਸੀ ਆਲ ਤਸਵੀਰ ਵਿੱਚ ਦਿਖਾਏ ਮਾਪਕ ਵਿੱਚ ਕੋਲ ਦੀ ਮਾਤਰਾ ਲੀਟਰਾਂ ਵਿੱਚੋਂ ਕਿੰਨੀ ਹੋਵੇਗੀ ਤੇ ਇਹਦੇ ਦੇਖੋ ਆ 1 ਲੀਟਰ 1 2 3 300 ਮਿਲੀਲੀਟਰ 1 ਲੀਟਰ ਤੇ 300 ਮਿਲੀਲੀਟਰ 1.300 ਲੀਟਰ ਜਿਹੜਾ ਆਪਾਂ ਇਹਨੂੰ ਲਿਖਦੇ ਹਾਂ 1300 ਮਿਲੀਲੀਟਰ ਨਹੀਂ ਲਿਖਾਂਗੇ ਇਹ ਗਲਤ ਹੋਏ ਕਿਉਂਕਿ ਇਹ ਮਿਲੀਲੀਟਰਸ ਇਹ 1300 ਲੀਟਰ ਹੋ ਗਿਆ ਤੇ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ 1.3 ਲੀਟਰ ਦੀ ਗੱਲ ਹੋਈ ਹੈ ਊੜਾ ਨੰਬਰ ਆ ਜਾਏਗਾ ਇਹ ਸੋਕੇ ਕਿਹੜੀ ਘੜੀ ਦੀਆਂ ਸੂਈਆਂ ਨਾਲ ਬਣਿਆ ਕੋਣ ਅਧਿਕ ਕੋਣ ਹੈ ਇਹਨੂੰ ਆਪਾਂ ਦੋਨਾਂ ਸਾਈਡ ਤੋਂ ਦੇਖਾਂਗੇ ਤੇ ਆਪਾਂ ਨੂੰ ਦਿੱਕ ਦਿਖ ਰਿਹਾ ਆ ਵੀ ਨਿਊਨ ਦਿਖ ਰਿਹਾ ਆ ਵੀ ਨਿਊਨ ਆ ਵੀ ਨਿਊਨ ਤੇ ਇਹਦਾ ਆਪਸ਼ਨ ਊੜਾ ਆ ਜੇਗਾ ਜੁੱਸ ਤੋਂਗੇ ਆਇਤ ਦੀਆਂ ਕਿੰਨੀਆਂ ਸਮਮਿਤੀ ਰਖਾਵਾਂ ਹੁੰਦੀਆਂ ਹਨ ਪਹਿਲੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਮਮਿਤੀ ਰਖਾਵਾਂ ਕਿੰਨੇ ਸਮਮਿਤੀ ਰਖਾਵਾਂ ਜਿਹੜੇ ਕਿਸੇ ਵੀ ਆਕਾਰ ਨੂੰ ਬਰਾਬਰ ਦੋ ਭਾਗਾਂ ਵਿੱਚ ਤੇ ਇਹਦੀਆਂ ਕਿੰਨੀਆਂ ਹੋਗੀਆਂ 1 2 ਆਪਾਂ ਇਧਰ ਕੱਢਾਂਗੇ 3 ਇਧਰ ਕੱਢਾਂਗੇ 4 ਇਹ ਅਕੋਰਡਿੰਗ ਜਿਹੜੀਆਂ ਸਮਮਿਤੀ ਰਖਾਵਾਂ ਉਹ ਚਾਰ ਬੰਨ ਜਾਂਦੀਆਂ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਣ ਵਾਲੀਆਂ ਤੇ ਆਇਤ ਦੀਆਂ ਸਮਮਿਤੀ ਰਖਾਵਾਂ ਕਿਹੜੀਆਂ ਹੋਗੀਆਂ 4 ਕੋਸੇ ਬਾਦ ਵਰਗ ਦਾ ਪਰਿਮਾਪ ਪਰਿਮਾਪ ਕੀ ਹੁੰਦਾ ਵਰਗ ਦਾ ਪਰਿਮਾਪ ਆਪਾਂ ਤੁਹਾਨੂੰ ਦੱਸਿਆ ਸੀਗਾ ਬੇਟਾ ਵਰਗ ਦੀਆਂ ਜਿਹੜੀਆਂ ਚਾਰੇ ਪਜਾਵਾਂ ਬਰਾਬਰ ਹੁੰਦੀਆਂ 1 2 3 4 ਤੇ ਜਿਹੜੀ ਸਾਈਡ ਹੁੰਦੀ ਇਹਨੂੰ ਆਪਾਂ ਪੂਜਾ ਕਹਿੰਦੇ ਆ ਤੇ ਟੋਟਲ ਪੂਜਾ ਸਾਈਡਾਂ ਤੇ ਗੁਣਾ ਪੂਜਾ ਮਤਲਬ 4 ਗੁਣਾ ਪੂਜਾ ਜਿਹੜਾ ਕੀ ਹੁੰਦਾ ਪਰਿਮਾਪ ਆਪਸ਼ਨ ਈ ਈ ਨਹੀਂ ਆ ਜਿਹੜਾ ਬੇਟਾ 14 ਨੰਬਰ ਕੁਐਸਚਨ ਦੇਖਣਾ ਤੁਸੀਂ ਇਹ ਬਿਲਕੁਲ ਸਿੱਧੇ ਜਿਹੜੇ ਦੋ ਭਾਗਾਂ ਦੇ ਵਿੱਚ ਡਿਵਾਈਡ ਕਰਦਾ ਹੈ ਇਸ ਅਕੋਰਡਿੰਗ ਇੱਕ ਅਤੇ ਇੱਕ ਦੋ ਹੀ ਸਮਿਤੀ ਰਖਾਵਾਂ ਬੰਦੀਆਂ ਚਾਰ ਨਹੀਂ ਹੋਣਸਨ ਇਹਦਾ ਸੁਧਾਰ ਕਰ ਲਿਓ 14 ਨੰਬਰ ਦਾ ਜਿਹੜਾ ਦੋ ਅਨਸਰ ਆਏਗਾ ਵਰਗ ਦਾ ਪਰਿਮਾਪ ਜਿਹੜਾ ਹੁੰਦਾ ਹੈ 4 ਗੁਣਾ ਪੂਜਾ ਹੁੰਦਾ ਹੈ ਇਸ ਵਾਰ ਦਿੱਤੇ ਗਏ ਕਨਾਵ ਕਿਸ ਕਨਾਵ ਦਾ ਆਇਤਨ 8 ਕਣ ਸੈਂਟੀਮੀਟਰ ਹੈ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਹੋਇਆ ਹੈ ਜਿਹੜਾ ਕਨਾਵ ਦਾ ਆਇਤਨ ਪਤਾ ਕਰਨਾ ਹੈ ਤੇ ਆਪਾਂ ਪਹਿਲੇ ਕੀ ਕਹਿੰਦੇ ਹਾਂ 1 2 3 4 ਪਹਿਲੇ ਕਹਿੰਦੇ ਆਪਾਂ ਜ ਲੰਬਾਈ ਇਹਦੇ ਡੱਬੇ ਫਿਰ ਚੌੜਾਈ ਇਹ ਚੌੜਾਈ ਦੇ ਕਿੰਨਾ ਇੱਕ ਫਿਰ ਉਚਾਈ ਦੇ ਇੱਕ ਤੇ ਦੋ 4 1 4 4 2 8 8 ਕਣ ਸੈਂਟੀਮੀਟਰ ਕਿੰਦਾ ਬਣ ਗਿਆ ਪਹਿਲੇ ਦਾ ਹੀ ਠੀਕ ਹੈ ਇਹਦਾ ਆਨਸਰ ਆਪਣਾ ਪਹਿਲਾ ਹੀ ਹੋ ਗਿਆ ਜੇ ਆਪਾਂ ਦੂਜੇ ਦਾ ਬਣਾ ਕੇ ਦੇਖਦੇ ਆਂ ਤੇ ਦੂਜੇ ਦਾ ਬਣਾ ਕੇ ਦੇਖ ਲਓ 1 2 3 4 5 6 6 1 2 3 ਹਾਈਟ ਕਿੰਨੀ ਹੈ 1 1 देखना हो गया 6 18 इन द 18 बंदा इन दा मतलब आ ता फिर ज्यादा बन गए इन दा मतलब ऑप्शन उडा ही अपना आंसर हैगा ओसो बात के है के सक्रीति दा आयतन सब तों ਘਟ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜੇ ਮਿਲੀਮੀਟਰ ਵਿੱਚ ਕਰੀਤੀ ਹੈ ਤੇ ਇੰਦਾ ਆਇਤਨ ਵੀ ਜਿਹੜਾ ਮਿਲੀਮੀਟਰ ਚ ਹੋਏਗਾ ਤੇ ਇਹ ਘਟ ਹੀ ਹੋਏਗੀ ਆ ਮੀਟਰ ਸੈਂਟੀਮੀਟਰ ਆ ਇੰਦਾ ਵੀ ਆਇਤਨ ਵੱਧ ਹੋਏਗਾ ਸੈਂਟੀਮੀਟਰ ਮੀਟਰ ਵੀ ਵੱਧ ਬਲਕਿ ਮਿਲੀਮੀਟਰ ਤੇ ਮੀਟਰ ਦੀ ਊ ਇਹ ਆਕ੍ਰਿਤੀ ਦੇਖ ਕੇ ਕਨਫਿਊਜ਼ ਨਹੀਂ ਹੋਣਾ ਹੈ ਆਕ੍ਰਿਤੀ ਛੋਟੀ ਬਣਾਈ ਹੈ ਪਰ ਲੰਬਾਈ ਦੇਖੋ 1 ਮੀਟਰ ਲਿਖੀ ਹੈ ਇੱਥੇ ਮਿਲੀਮੀਟਰ ਲਿਖੀ ਹੈ ਇੱਥੇ ਸੈਂਟੀਮੀਟਰ ਹੈ ਤੇ ਮਿਲੀਮੀਟਰ ਹੈ ਇੱਥੇ ਮੀਟਰ ਹੈ ਤੇ ਸੈਂਟੀਮੀਟਰ ਹੈ ਤੇ ਇਹਨਾਂ ਵਿੱਚੋਂ ਸਭ ਤੋਂ ਛੋਟੀ ਦੇਖੋ ਸੈਂਟੀਮੀਟਰ ਤੇ ਮਿਲੀਮੀਟਰ ਦੋਨੋਂ ਇਕਾਈਆਂ ਛੋਟੀਆਂ ਲਈਆਂ ਗਈਆਂ ਨੇ ਤੇ ਇਹਦੀ ਆਕ੍ਰਿਤੀ 2 ਨੰਬਰ ਜਿਹੜੀ ਆ ਉਹ ਛੋਟੀ ਹੋਏਗੀ ਆਕ੍ਰਿਤੀ 2 ਐੜੇ ਤੇ ਤੁਸੀਂ ਇਹਨੂੰ ਆਪਾਂ ਕੱਢ ਕੇ ਦੇਖਦੇ ਹਾਂ ਇੱਥੇ ਥੋੜੀ ਕਨਫਿਊਜ਼ਨ ਕ੍ਰੀਏਟ ਕੀਤੀ ਹੋਈ ਹੈ ਇਹਨਾਂ ਨੇ ਉਹਨੂੰ ਆਪਾਂ ਸੋਲੂਸ਼ਨ ਕਰਕੇ ਦੇਖਾਂਗੇ ਫਿਰ ਜਿਹੜਾ ਹੱਲ ਹੋਏਗਾ ਇਹਨੇ ਦੇਖੋ ਮੀਟਰ ਚ ਕਿੰਨੇ ਹੁੰਦੇ ਆ ਜਦੋਂ ਆਪਾਂ ਇਹਨਾਂ ਸਾਰਿਆਂ ਦਾ ਸੋਲੂਸ਼ਨ ਕਰਕੇ ਦੇਖਦੇ ਤਾਂ ਆਪਾਂ ਨੂੰ ਕੀਤੀ 2 ਨੰਬਰ ਹੀ ਮਿਲਦੀ ਜਾਂਦਾ ਆਪਸ਼ਨ ਸਹੀ ਹੈ ਆਪਸ਼ਨ ਐਡਾ ਹੁਸ ਤੋਂ ਅੱਗੇ ਚੱਲਦੇ ਹਾਂ ਕਿਸੇ ਸਕੂਲ ਵਿੱਚ ਹਫ਼ਤੇ ਦੌਰਾਨ ਵਿਦਿਆਰਥੀਆਂ ਦੀ ਹਾਜ਼ਰੀ ਦੇ ਅੰਕੜੇ ਹੇਠ ਦਿੱਤੇ ਅਨੁਸਾਰ ਹਨ ਤੇ ਵਿਦਿਆਰਥੀਆਂ ਦੀ ਹਾਜ਼ਰੀ ਦਿੱਤੀ ਗਈ ਹੈ ਇਹਨਾਂ ਦੇ ਫਿਰ ਕੁਸਚਨ ਪੁੱਛਿਆ ਗਿਆ ਸੋਮਵਾਰ ਨੂੰ 361 ਮੰਗਲ 346 ਦੇ ਅਨਸਾਰ ਦੇਖੋ ਸਭ ਤੋਂ ਪਹਿਲੇ ਸਭ ਤੋਂ ਜ਼ਿਆਦਾ ਵਿਦਿਆਰਥੀ ਕਿਸ ਦਿਨ ਹਾਜ਼ਰ ਸਨ ਤੇ ਸਭ ਤੋਂ ਜ਼ਿਆਦਾ ਕਿਹੜੇ ਆ 401 ਵਿਦਿਆਰਥੀ ਵੀਰਵਾਰ ਤੇ ਆਪਸ਼ਨ ਸ ਮੈਂ ਇਹ ਦਿੱਤੇ ਨਮੂਨੇ ਨੂੰ ਦੇਖਦੇ ਹੋਏ ਖਾਲਿਸਤਾਨ ਲਈ ਸਹੀ ਉੱਤਰ ਦੀ ਚੋਣ ਕਰਨੀ ਹੈ 1 ਨੂੰ 1 1 ਕੀਤਾ ਗਿਆ 2 2 मतलब स्क्वेयर ਕੱਢਿਆ ਗਿਆ ਤੇ ਇਹਦਾ ਆ ਜਾਏਗਾ 3 3 ਆਪਸ਼ਨ ਡਾ ਇਹੋ ਜੋ ਕੇ ਨਮੂਨੇ ਨੂੰ ਦੇਖਦੇ ਹੋਏ 1/4 ਘੁਮਾ ਕੇ ਆਖਰੀ ਗੋਲੇ ਤੇ ਤੀਰ ਦੀ ਸਥਿਤੀ ਪਤਾ ਕਰੋ ਇਹਦੇ ਚ ਦੇਖੋ ਪਹਿਲੇ 3 ਇੱਥੋਂ ਘੁੰਮਿਆ ਸੀ ਫਿਰ ਇੱਥੇ ਸ਼ੁਰੂ ਹੋ ਕੇ ਇੱਥੋਂ ਤੱਕ ਫਿਰ ਇੱਥੇ ਸ਼ੁਰੂ ਹੋ ਕੇ ਹੁਣ ਇੱਥੋਂ ਸ਼ੁਰੂ ਹੋਏਗਾ ਖਤਮ ਇੱਥੇ ਹੋਏਗਾ ਤੇ ਇਹ ਤੁਸੀਂ ਇਦਾਂ ਦੀ ਕ੍ਰਿਤੀ ਦੇਖੋ ਆਪਸ਼ਨ ਹੈ ਉੜਾ ਆਪਸ਼ਨ ਉੜਾ ਆ ਜਾਏਗਾ ਇੰਦੇ ਤੇ ਹਾਂ ਇਸ ਤਰ੍ਹਾਂ ਦੇ ਜਿਹੜੇ 20 ਕੁਐਸਚਨ ਤੁਹਾਨੂੰ ਪਾਸ ਕਰਾਣਗੇ ਇਦਾਂ ਦੇ ਜਿਹੜੇ ਸਾਰੇ ਪੂਰੇ ਮੈਚ ਦੇ ਵਿੱਚ ਕੁਐਸਚਨ ਹੈਗੇ ਆ ਇਹ ਆਪਾਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਸੋਲਵ ਕਰਵਾ ਦੇਾਂਗੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਖਾਲਿਸਤਾਨ ਦੀ 5 ਨੰਬਰ ਦੀਆਂ ਜਿਹੜੀਆਂ ਤੁਹਾਨੂੰ ਅਕੀ ਤੋਂ ਰਹੀ ਹੈ 5 5 ਨੰਬਰ ਦੇ ਜਿਹੜੇ ਕੁਐਸਚਨ ਹੈ ਆ 5 ਨੰਬਰ ਦੀਆਂ ਖਾਲੀ ਸਣ ਹੁਣ ਆਇਤ ਦਾ ਖੇਤਰਫਲ ਕੀ ਹੁੰਦਾ ਹੈ ਇਹ ਬੱਚੇ ਉਹ ਆਪਾਂ ਤੁਹਾਨੂੰ ਕਰਵਾ ਰੱਖਿਆ ਹੈ ਕੀ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਠੀਕ ਹੈ ਉਸ ਤੋਂ ਬਾਅਦ ਵਰਗ ਦਾ ਖੇਤਰਫਲ ਕੀ ਹੁੰਦਾ ਹੈ ਭੂਜਾ ਗੁਣਾ ਭੂਜਾ ਭੂਜਾ ਗੁਣਾ ਭੂਜਾ ਤੀਸਰਾ ਆਇਤ ਦਾ ਪਰਿਮਾਪ ਕੀ ਹੁੰਦਾ ਹੈ ਪਰਿਮਾਪ ਆਪਾਂ ਬਤਾਓ ਬੱਚੋ 2 ਗੁਣਾ ਲੰਬਾਈ ਜੁੜਾਈ ਠੀਕ ਹੈ ਉਸ ਤੋਂ ਬਾਅਦ ਵਰਗ ਦਾ ਪਰਿਮਾਪ ਕੀ ਹੁੰਦਾ ਆਪਾਂ ਪਿੱਛੇ ਵੀ ਕਰਕੇ ਆਏ ਆ 4 ਗੁਣਾ ਭੁਜਾ ਉਸ ਤੋਂ ਬਾਅਦ ਰੇਖਾਖੰਡ ਦੁਆਰਾ ਬਣੀ ਬੰਦ ਕ੍ਰਿਤਿਆ ਪਰਿਮਾਪ ਇਸ ਦੀਆਂ ਸਾਰੀਆਂ ਭੁਜਾਵਾਂ ਦੇ ਡੈਸ਼ ਦੇ ਸਮਾਨ ਹੁੰਦਾ ਹੈ ਸਾਰੀਆਂ ਭੁਜਾਵਾਂ ਦੀ ਕੀ ਹੁੰਦਾ ਆਇਤਨ ਸਾਰੀਆਂ ਭੁਜਾਵਾਂ ਦੇ ਜਿਹੜਾ ਜੋੜ ਦੇ ਕਿਉਂਕਿ ਆਪਾਂ ਕੋਈ ਵੀ ਕ੍ਰਿਤਿ ਹੈ ਬੰਦ ਰੇਖਾखंड ਦੀ ਉਹਨੀਆਂ ਜਿਹੜੀਆਂ ਸਾਰੀਆਂ ਭੁਜਾਵਾਂ ਦਾ ਇਹਦਾ ਜਿਹੜਾ ਜੋੜ ਹੁੰਦਾ ਹੈ ਉਹੀ ਹੁੰਦਾ ਪਰਿਮਾਪ ਹੁੰਦਾ ਦੇ ਇੱਥੇ ਕੀ ਲਿਖਾਂਗੇ ਜੋੜ ਫਲ ਠੀਕ ਹੈ ਇਹਦਾ ਆਨਸਰ ਆ ਗਿਆ ਜੋੜ ਫਲ ਇਹ 5 ਨੰਬਰ ਦਾ ਹੋ ਗਿਆ ਉਸ ਤੋਂ ਬਾਅਦ ਫਿਰ ਇਹ 5 ਨੰਬਰ ਦੇ ਠੀਕ ਗਲਤ ਆ ਜਾਣਗੇ ਇਹਦੇ ਵਿੱਚ ਦੇਖੋ ਹੁੰਦਾ ਸਹੀ ਕਥਨ ਦੇ ਸਾਹਮਣੇ ਨਿਸ਼ਾਨ ਗਲਤ ਜਾਂ ਸਹੀ ਦਾ ਨਿਸ਼ਾਨ ਲਾਉਣਾ ਹੈ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ 1 ਦੇ ਨਾਲ ਚਾਰ ਜ਼ੀਰੋ ਬਿਲਕੁਲ ਸਹੀ ਹੈ 10000 ਹੁੰਦਾ ਕਿਸੇ ਸੰਖਿਆ ਵਿੱਚ ਜ਼ੀਰੋ ਦਾ ਸਥਾਨਕ ਮੁੱਲ ਹਮੇਸ਼ਾ ਜ਼ੀਰੋ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਸਥਾਨ ਤੇ ਹੋਵੇ ਤੇ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਤੀਸਰਾ ਸੰਖਿਆ 10000 ਦੀ 75 ਸੰਖਿਆ 9992 ਬਿਲਕੁਲ ਰਾਈਟ ਹੈ ਉਸ ਤੋਂ ਬਾਅਦ ਸੰਖਿਆ 47982 ਵਿੱਚ 7 ਸੈਂਕੜੇ ਦੇ ਸਥਾਨ ਤੇ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਸਥਾਨ ਤੇ ਇਹਦਾ ਮਤਲਬ ਇਹ ਰੋਂਗ ਹੈ ਅੱਗੇ ਸੰਖਿਆ 70812 ਵਿੱਚ 8 ਦਾ ਅੰਕਿਤ ਮੁੱਲ 800 ਹੈ ਬਿਲਕੁਲ ਸਹੀ ਹੈ ਇਸ ਤੋਂ ਅੱਗੇ ਅੰਕਾਂ 7 1 0 9 ਅਤੇ 5 ਨੂੰ ਵਰਤਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਤੇ ਉਹਨਾਂ ਦਾ ਜੋੜ ਕਰੋ ਦੋਨਾਂ ਦੀ ਪਹਿਲੇ ਸੰਖਿਆ ਪਤਾ ਕਰਨੀ ਹੈ ਫਿਰ ਉਹਨਾਂ ਦਾ ਜੋੜ ਕਰਨਾ ਹੈ ਆਪਾਂ ਤੁਹਾਨੂੰ ਪਹਿਲੇ ਦੱਸਿਆ ਵੀ ਵੱਡੀ ਤੋਂ ਵੱਡੀ ਸੰਖਿਆ ਕਿੱਦਾਂ ਬਣਦੀ ਹੈ ਜਿਹੜੀ ਆਪਾਂ ਸਭ ਤੋਂ ਵੱਡਾ ਅੱਖਰ ਹੈ ਉਹਨੂੰ ਲਿਖਣਾ ਪਹਿਲੇ 9 ਫਿਰ ਉਸ ਤੋਂ ਛੋਟਾ 7 ਉਸ ਤੋਂ ਛੋਟਾ 5 ਉਸ ਤੋਂ ਛੋਟਾ 1 ਤੇ ਫਿਰ 0 ਛੋਟੀ ਤੋਂ ਛੋਟੀ ਜ਼ੀਰੋ ਆਪਾਂ ਕਦੇ ਵੀ ਅੱਗੇ ਨਹੀਂ ਲਿਖਦੇ ਕਿਉਂਕਿ ਉਹ ਫਿਰ ਇੱਕ ਅੰਕ ਕੱਟ ਜਾਂਦਾ ਹੈ ਇਸ ਤੋਂ ਪਹਿਲਾਂ ਫਿਰ ਆਪਾਂ ਲਿਖਾਂਗੇ ਸਭ ਤੋਂ ਪਹਿਲਾਂ ਛੋਟਾ ਅੰਕ ਫਿਰ ਜ਼ੀਰੋ ਫਿਰ ਉਸ ਤੋਂ ਵੱਡਾ ਅੰਕ ਫਿਰ ਉਸ ਤੋਂ ਵੱਡਾ ਤੇ ਫਿਰ ਉਸ ਤੋਂ ਵੱਡਾ ਇਹਨਾਂ ਸਾਰਿਆਂ ਦਾ ਜਿਹੜਾ ਹੁਣ ਜੋੜ ਵੀ ਪੁੱਛਿਆ ਫਿਰ ਆਪਾਂ ਕੀ ਕਰਨਾ ਹੈ ਇੱਥੇ ਲਿਖਾਂਗੇ ਵੱਡੀ ਸੰਖਿਆ ਇੱਥੇ ਲਿਖਾਂਗੇ ਛੋਟੀ ਸੰਖਿਆ ਥੱਲੇ ਲਿਖਾਂਗੇ ਜੋੜ ਤੇ ਇਹਨਾਂ ਦੋਨਾਂ ਦਾ ਜੋੜ ਕਰ ਦੇਗੇ 9 ਦੇ ਵਿੱਚ ਜ਼ੀਰੋ ਜੋੜੀ 9 7 ਦੇ ਵਿੱਚ 1 8 5 ਦੇ 5 10 17189110 10 108838 फिर 9 ਇਹ ਜਿਹੜਾ ਤੁਹਾਡਾ ਆਨਸਰ ਆ ਜਾਏਗਾ ਇਸ ਤੋਂ ਅੱਗੇ ਹੇਠ ਦਿੱਤੇ ਅਨੁਸਾਰ ਲਿਖੋ ਇੰਦੇ ਵਿੱਚ ਕੀ ਹੈ ਪਹਿਲਾ ਕੁਐਸਚਨ 2 ਨੰਬਰ ਦਾ ਇੰਦੇ ਵਿੱਚ ਕੀ ਕਰਨਾ ਹੈ ਬਿਨਾਂ ਰੰਗਦਾਰ ਤਾਰਿਆਂ ਦੀ ਪਿੰਨ ਪਤਾ ਕਰੋ ਬਿਨਾਂ ਰੰਗਦਾਰ 1 ਤੇ 2 ਤੇ 3 ਪਿੰਨ ਤੁਹਾਨੂੰ ਦਸੀ ਹੈ ਉੱਪਰ ਕੀ ਲਿਖੋਗੇ ਤਿੰਨ ਜਿਹੜੇ ਬਿਨ ਰੰਗਲੇ ਟੋਟਲ ਥੱਲੇ ਲਿਖ ਦਿਓ ਟੋਟਲ ਕਿੰਨੇ ਆ ਪੰਜ ਤੇ ਇਹ ਕੀ ਬਣ ਗਈ 3/5 ਭਿੰਨ ਬਣ ਗਈ ਇਸੇ ਤਰ੍ਹਾਂ ਦੂਸਰਾ ਕੀ ਰੰਗਦਾਰ ਕੁਲਫੀਆਂ ਦੀ ਭਿੰਨ ਅਨੁਸਾਰ ਅੰਸ਼ ਲਿਖੋ ਅੰਸ਼ ਲਿਖਣਾ ਹੁਣ ਰੰਗਦਾਰ ਉੱਪਰ 2 ਥੱਲੇ 3 5 ਤੇ ਅੰਸ਼ ਕੀ ਹੈ 2 ਆਪਾਂ ਲਿਖ ਦੇਾਂਗੇ ਅੰਸ਼ ਇਹ ਇੰਦਾ ਆਨਸਰ ਹੋ ਗਿਆ ਦੋਸਤੋ ਅੱਗੇ ਭਿੰਨ 2/6 ਵਿੱਚ ਹਰ ਡੈਸ਼ ਹੈ ਤੇ ਹਰ ਕੀ ਹੈ ਹਰ ਥੱਲੇ ਵਾਲੀ ਸੰਖਿਆ ਦੀ ਹਰ ਕਿੰਨਾ ਹੈ 6 ਹੁਣ ਪਿੰਨਾਂ ਦਾ ਨਿਊਨਤਮ ਰੂਪ ਲਿਖੋ ਇਹਨਾਂ ਦਾ ਜਿਹੜਾ ਕੀ ਲਿਖਣਾ ਆਪਾਂ ਨਿਊਨਤਮ ਰੂਪ ਲਿਖਣਾ ਨਿਊਨਤਮ ਰੂਪ ਕੀ ਹੁੰਦਾ ਹੈ ਇਹ ਦੋਨੋਂ ਜਿਹੜੀਆਂ ਕੀ ਹੈ ਕਿਸੇ ਨਾ ਕਿਸੇ ਪਹਾੜੇ ਤੇ ਜਿਹੜੀਆਂ ਡਿਵਾਈਡ ਹੁੰਦੀਆਂ ਉਹਦੇ ਨਾਲ ਆਪਾਂ ਜਿਹੜਾ ਡਿਵਾਈਡ ਕਰ ਦੇਣਾ ਹੁਣ ਤੁਸੀਂ ਦੇਖੋ ਇਹੋ ਜਿਹਾ ਪਹਾੜਾ ਜਿੰਦੇ ਵਿੱਚ ਜਿਹੜਾ 15 ਵੀ ਆਉਂਦਾ ਤੇ 20 ਵੀ ਤੇ 5 ਦੇ ਪਹਾੜੇ ਵਿੱਚ 5 3 15 5 4 20 ਇਹ ਕੀ ਹੋ ਗਈ ਇੰਦੀ ਨਿਊਨਤਮ ਪਿੰਨ ਤੇ ਇੰਦੀ ਨਿਊਨਤਮ ਪੜੋ 5 ਦੇ ਪਹਾੜੇ ਵਿੱਚ 7 5 35 ਤੇ ਨੰਬਰ 5541 ਇਹ ਕੀ ਹੋ ਗਈ ਇਹਦੀ ਨਿਊਨਤਮ ਪੈਨ ਇਹ ਦੋਨੋਂ ਦੀਆਂ ਜਿਹੜੀਆਂ ਨਿਊਨਤਮ ਪੈਨ ਹੋ ਗਈਆਂ ਬੋਸ ਤੋਂ ਅੱਗੇ ਕੀ ਹੈ ਦਿੱਤੀ ਗਈ ਵਸਤੂਆਂ ਦੀ ਲੰਬਾਈ ਪਤਾ ਕਰੋ ਅਤੇ ਲਿਖੋ ਲੰਬਾਈ ਹੁਣ 0 ਤੋਂ ਲੈ ਕੇ 5.5 ਮਤਲਬ ਕੀ ਆ ਜਾਏਗੀ 5 ਸੈਂਟੀਮੀਟਰ ਤੇ 5 ਤੋਂ ਅੱਗੇ ਜਿਹੜੇ ਛੋਟੇ 5 ਮਿਲੀਮੀਟਰ ਇਸ ਤੋਂ ਅੱਗੇ ਇਹਦੀ ਲੰਬਾਈ ਕਿੰਨੀ ਹੈ ਪੈਨ ਦੀ ਪੂਰੇ ਦੇ ਪੂਰੇ 11 ਸੈਂਟੀਮੀਟਰ 11 ਸੈਂਟੀਮੀਟਰ ਤੇ 0 ਮਿਲੀਮੀਟਰ ਗੋਸਟੋ ਅੱਗੇ ਆਪਾਂ ਕਰਾਂਗੇ ਲਾਸਟ ਵਾਲੀ ਦੀ ਪੈਨਸਲ ਦੀ ਲੰਬਾਈ ਕਿੰਨੀ ਹੈ 0 ਤੋਂ ਸ਼ੁਰੂ ਹੋ ਕੇ 8.5 ਤੱਕ ਜਾ ਰਹੀ ਹੈ ਤੇ 8 ਸੈਂਟੀਮੀਟਰ ਤੇ 5 ਮਿਲੀਮੀਟਰ ਇਸ ਤੋਂ ਅੱਗੇ ਆ ਗਿਆ ਫਿਰ ਚਾਬੀ ਦੀ ਲੰਬਾਈ ਦੇਖੋ 0 ਤੋਂ ਸ਼ੁਰੂ ਹੋ ਕੇ 4 ਤੋਂ 3. ਅੱਗੇ ਜਾ ਰਹੀ ਹੈ ਤੇ ਇਹਦਾ ਮਤਲਬ 2. ਅੱਗੇ ਜਾ ਰਹੀ ਹੈ 4 ਸੈਂਟੀਮੀਟਰ ਦੇ 2 ਮਿਲੀਮੀਟਰ ਇਸ ਤੋਂ ਅੱਗੇ ਲਾਸਟ ਵਾਲੀ ਦੀ ਲੰਬਾਈ ਦੇਖੋਗੇ ਤੁਸੀਂ ਤੇ ਜ਼ੀਰੋ ਤੋਂ ਸ਼ੁਰੂ ਹੋ ਕੇ 6 ਤੋਂ 1 ਥੱਲੇ ਜਾ ਰਹੀ ਤੇ ਇਹਦਾ ਮਤਲਬ ਆਪਣਾ ਕਰਾਂਗੇ 5 ਸੈਂਟੀਮੀਟਰ ਤੇ 11 12 10 ਮਿਲੀਮੀਟਰ ਹੈ 2 ਇੱਕ ਛੱਡ ਕੇ ਪਿੱਛੇ ਹੈ ਠੀਕ ਹੈ ਤੇ 10 ਮਿਲੀਮੀਟਰ じゃ ਫਿਰ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਆਹ ਕੁਸ਼ਚਨ ਕਰਨਾ ਹੈ ਨੀਤਾ ਨੇ 7 ਮੀਟਰ ਤੇ 50 30 ਸੈਂਟੀਮੀਟਰ ਕਪੜਾ ਖਰੀਦਿਆ ਉਸਨੇ ਆਪਣੇ ਸੂਟ ਲਈ 2 ਮੀਟਰ ਤੇ 50 ਸੈਂਟੀਮੀਟਰ ਕਪੜਾ ਵਰਤ ਲਿਆ ਅਨੀਤਾ ਕੋਲ ਬਚੇ ਕਪੜੇ ਦੀ ਲੰਬਾਈ ਪਤਾ ਕਰੋ ਤੇ ਇਹ ਕੀ ਹੈ ਮੀਟਰਾਂ ਚੋਂ ਮੀਟਰ ਤੇ ਸੈਂਟੀਮੀਟਰਾਂ ਚੋਂ ਸੈਂਟੀਮੀਟਰ ਆਪਾਂ ਜਿਹੜਾ ਕਟਾਓ ਕਰਦੇ ਆ ਤੇ ਇਦਾਂ ਇਹਨੂੰ ਕਟਾਓ ਕਰਨਾ ਹੈ ਇੱਥੇ ਕੀ ਲਿਖੋ ਮੀਟਰਾਂ ਥੱਲੇ 2 ਮੀਟਰ ਤੇ ਇੱਥੇ ਲਿਖੋਗੇ 50 ਸੈਂਟੀਮੀਟਰ ਹੁਣ ਇਹਨਾਂ ਦੀ ਕਟਾਓ ਕਿੱਦਾਂ ਹੁੰਦੀ ਹੈ ਪਹਿਲੇ 0 ਚੋਂ 0 कट ਗਏ ਇਧਰ 3 ਛੋਟਾ ਤੇ ਇਧਰ ਆਪਾਂ ਕੈਰੀ ਲਾਵਾਂਗੇ ਕਿੰਨੇ ਹੋਗੇ 13 13 ਚੋਂ 5 ਗਿਆ 8 ਹੁਣ ਇੱਥੇ ਰਹਿ ਗਏ 6 6 ਚੋਂ 2 ਗਏ 4 ਕਿਹਾ ਗਿਆ 4 ਮੀਟਰ ਤੇ 80 ਸੈਂਟੀਮੀਟਰ ਜਿਹੜਾ ਇਹਦਾ ਲੰਬਾਈ ਦਾ ਕਪੜਾ ਜਿਹੜਾ ਬਚ ਜੇ ਇਸ ਤੋਂ ਬਾਅਦ ਆ ਗਿਆ ਹੇਠ ਦਿੱਤੇ ਕੋਣਾ ਵਿੱਚੋਂ ਨਿਊਨ ਕੋਣ, ਦਿੱਕੋਣ ਤੇ ਸਮ ਕੋਣ ਪਹਿਚਾਣੋ ਹੁਣ ਆਹ ਕੀ ਹੈ ਦੇਖੋ ਇਹ ਹੈ ਨਿਊਨ ਕੋਣ ਨਿਊਨਾ ਕੋਣ दूसरा की है ए आ, अधिक कोण ये उल्टा है पर हैगा ए भी अधिक है इस तो अगे ये कह न्यून ये कह समको इस तो अगे फिर आ जाता लास्ट पे ਇਹ ਇਹਦੇ ਵਿੱਚ ਦੇਖੋ ਪੂਰੇ ਦਿੱਤੇ ਗਏ ਕਿਸੇ ਪਿੰਡ ਦੀ ਸਰਕਸ ਲੱਗੀ ਹੋਈ ਹੈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਰਕਸ ਦੇਖਣ ਆਏ ਬੱਚਿਆਂ ਦੀ ਗਿਣਤੀ ਚਿੱਤਰ ਗ੍ਰਾਫ ਦੁਆਰਾ ਦਰਸਾਈ ਗਈ ਹੈ ਹੇਠ ਦਿੱਤੇ ਚਿੱਤਰ ਗ੍ਰਾਫ ਨੂੰ ਧਿਆਨ ਨਾਲ ਦੇਖੋ ਤੇ ਉੱਤਰ ਸੰਕੇਤ ਕੀ ਹੈ ਜਿਹੜਾ ਇੱਕ ਚਿੱਤਰ ਬਣਿਆ ਹੋਇਆ ਹੈ ਇਹਦੇ ਮਤਲਬ ਹੈ ਬਰਾਬਰ 25 ਬੱਚੇ ਹੁਣ ਇਹਦੇ ਕੋਲਿੰਗ ਆਪਾਂ ਬੱਚਿਆਂ ਦੀ ਗਿਣਤੀ ਜਿਹੜੀ ਕਰਨੀ ਹੈ ਮੰਗਲਵਾਰ ਨੂੰ ਕਿੰਨੇ ਬੱਚੇ ਸਰਕਸ ਦੇਖਣ ਆਏ ਮੰਗਲਵਾਰ ਨੂੰ ਕਾਊਂਟਿੰਗ ਕਰੋ 1 2 3 ਤੇ ਇੱਕ ਬੱਚਾ ਕਿੰਨੇ ਦੇ 25 ਦੇ ਬਰਾਬਰ ਹੈ 3 ਗੁਣਾ 25 25 ਦਾ ਪੜਾ ਤਿੰਨ ਤੱਕ ਪੜਾਂਗੇ 75 ਬੱਚੇ ਕਿੰਨੇ ਬੱਚੇ ਆਏ 75 ਦੂਸਰਾ ਕੁਐਸਚਨ ਕੀ ਕਰਾਂਗੇ ਆਪਾਂ ਕਿਸ ਦਿਨ ਸਭ ਤੋਂ ਘੱਟ ਬੱਚੇ ਸਰਕਸ ਦੇਖਣ ਆਏ ਤੇ ਕਿਸ ਦਿਨ ਸਭ ਤੋਂ ਘੱਟ ਆਏ ਸੋਮਵਾਰ ਨੂੰ ਕਿ ਲਿਖੋਗੇ ਸੋਮਵਾਰ ਉਸ ਵਕਤ ਸੋਮਾਰ ਤੇ ਬੁੱਧਵਾਰ ਨੂੰ ਕੁੱਲ ਕਿੰਨੇ ਬੱਚੇ ਨੇ ਸਰਕਸ ਦੇਖੀ ਸੋਮਾਰ ਨੂੰ ਇੱਕ ਤੇ ਇੱਕ ਦੋ ਬੁੱਧਵਾਰ ਨੂੰ 3 ਤੇ 2 5 5 ਤੇ 2 7 ਹੋ ਗਏ ਟੋਟਲ ਕਿੰਨੇ ਬੱਚੇ ਕਰੋਗੇ ਸੋਮਵਾਰ ਨੂੰ 2 ਬੁੱਧਵਾਰ ਨੂੰ 7 ਪੰਜ ਟੋਟਲ ਕਿੰਨੇ ਹੋ ਗਏ 7 ਹੁਣ 7 ਨੂੰ ਕੀ ਕਰੋਗੇ 25 ਨਾਲ ਗੁਣਾ ਕਰੋਗੇ 25 7 175 ਠੀਕ ਹੈ 25 ਦਾ ਪਹਾੜਾ ਤੁਸੀਂ ਸਿੱਖਿਆ ਹੋਣਾ ਪੰਜਵੀਂ ਚ 25 7 175 ਆ ਜਾਏਗਾ ਤੇ ਇੱਥੇ ਕੀ ਅਨਸਰ ਆ ਜਾਏਗਾ 175 ਉਸ ਤੋਂ ਅੱਗੇ ਲਾਸਟ ਸੁੰਦਰ ਲਿਖਾਈ ਦੇ 5 ਨੰਬਰ ਕੁਝ ਵੀ ਲਿਖਾਇਆ ਜਾ ਸਕਦਾ ਤੁਹਾਡੇ ਤੋਂ ਜਾਂ ਤੁਹਾਡੇ ਪੇਪਰ ਦੀ ਰਾਈਟਿੰਗ ਦੇ ਅਕੋਰਡਿੰਗ ਵੀ ਤੁਹਾਨੂੰ ਨੰਬਰ ਤੇ ਦਿੱਤੇ ਜਾ ਸਕਦੇ ਤੇ ਇਹ ਸੀਗਾ ਜਿਹੜਾ ਮੈਥ ਦਾ ਸਿੰਪਲ ਪੇਪਰ 2 ਇੰਗਲਿਸ਼ ਮੀਡੀਅਮ ਵੀ ਆਪਾਂ ਜਲਦੀ ਅਪਲੋਡ ਕਰ ਦੇਾਂਗੇ ਤੇ ਨਾਲ ਜਿਹੜੇ ਤੁਹਾਨੂੰ ਕੱਲ ਇਹਦੇ ਸਾਰੇ ਬੋਬ ਕਲਿਫ ਪ੍ਰੈਪਰੇਸ਼ਨ ਮੈਥ ਦੇ ਵਿੱਚੋਂ ਆਪਾਂ ਜਿਹੜੇ ਕਰਵਾ ਦੇਾਂਗੇ ਤੇ ਥੈਂਕ ਯੂ ਜੀ ਵੀਡੀਓ ਨੂੰ ਦੇਖਣ ਵਾਸਤੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਇਹਦਾ ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ ਅੱਗੇ ਪੱਕੇ ਪੇਪਰਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਹੈਲਪ ਕਰਾਂਗੇ ਕਿੱਦਾਂ ਪੇਪਰ ਅਟੈਂਡ ਕਰਨਾ ਹੈ ਕਿੱਦਾਂ ਦਾ ਪੇਪਰ ਆਉਂਦਾ ਸਾਰੀ ਚੀਜ਼ ਆਪਾਂ ਨਾਲ ਅਪਡੇਟ ਕਰ ਦੇਰਾਂਗੇ ਥੈਂਕ ਯੂ